ਸਾਸ਼ਿਗਰੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ 트리플 ਸਪੀਡ ਡਿਪਾਰਟਮੈਂਟ ਅੰਦਰ ਐਡਵਰਟਾਈਜ਼ਮੈਂਟ ਨੰਬਰ 6 ਦੇ ਅੰਦਰ ਵੈਕੈਂਸੀ ਆਈ ਸੀ ਜੀ ਜੇਈ ਸਿਵਲ ਸਿਵਲ ਦੀ ਅਤੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀ ਤੇ ਜਿਹਦੇ ਫਾਰਮ ਭਰਦੇ ਪਏ ਸੀ ਜੀ ਤੇ ਅੱਜ ਲਾਸਟ ਡੇਟ ਹੈਗੀ ਸੀ ਦੀ 20 ਨੂੰ ਪਰ ਉਹਦੇ ਵਿੱਚ ਕੁਝ ਵਾਧਾ ਕੀਤਾ ਗਿਆ ਜੀ ਤੇ ਕਿਉਂਕਿ ਤੁਹਾਨੂੰ ਪਤਾ ਕਿ ਦਿੱਕਤ ਆ ਰਹੀ ਸੀ ਕੈਂਡੀਡੇਟਸ ਨੂੰ ਫਾਰਮ ਭਰਨ ਦੇ ਵਿੱਚ ਜਾਂ ਫੀਸ ਪੇ ਕਰਨ ਦੇ ਵਿੱਚ ਜਾਂ ਫਾਈਨਲ ਪ੍ਰਿੰਟ ਦੇ ਰਿਗਾਰਡਿੰਗ ਤਾਂ ਉਸ ਮਕੀ ਇਹ ਜਿਹੜੀ ਦਿੱਕਤ ਆਉਂਦੀ ਪਈ ਸੀ ਉਹਦੇ ਅਕੋਰਡਿੰਗ ਫਰਮ ਕੀ ਕੈਂਡੀਡੇਟਸ ਵੱਲੋਂ ਜਿਹੜੀ ਮੇਲ ਪਈ ਹੈਗੀ ਆ ਉਹਦੇ ਲਈ ਡਿਪਾਰਟਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਤੇ ਨੋਟੀਫਿਕੇਸ਼ਨ ਟੈਲੀਗ੍ਰਾਮ ਗਰੁੱਪ ਤੇ ਪਾਤਾ ਹੈਗੇ ਉੱਥੋਂ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਟ੍ਰਿਪਲ ਐਸਬੀ ਸਾਈਟ ਤੋਂ ਵੀ ਦੇਖ ਸਕਦੇ ਹੋ ਕਿ ਕੀ ਨੋਟੀਫਿਕੇਸ਼ਨ ਆਇਆ ਜੀ ਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਹਦੇ ਦੱਸਿਆ ਕਿ ਜਿਹੜਾ ਤੁਹਾਡੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਅੱਜ 20 ਤੱਕ ਫਾਰਮ ਭਰੇ ਜਾਣੇ ਸੀ ਠੀਕ ਹੈ 20 ਅਕਤੂਬਰ ਤੱਕ ਤੇ ਹੁਣ ਉਹਦੇ ਵਿੱਚ ਵਾਅਦਾ ਹੋ ਗਿਆ ਜੀ ਤੇ ਤੁਸੀਂ 28 ਅਕਤੂਬਰ ਤੱਕ ਫਾਰਮ ਆਪਣੇ ਅਪਲਾਈ ਕਰ ਸਕਦੇ ਹੋ ਤੇ ਤਿੰਨ ਦਿਨ ਬਾਅਦ ਮਨ ਕੀ ਤੁਹਾਨੂੰ ਮਿਲਦੇ ਆ ਤੁਹਾਨੂੰ ਪਤਾ ਜਦੋਂ ਫਾਰਮ ਭਰਿਆ ਜਾਂਦਾ ਤਿੰਨ ਦਿਨ ਬਾਅਦ ਤੁਸੀਂ ਫੀਸ ਪੇ ਕਰ ਸਕਦੇ ਹੋ ਇਸ ਕਰਕੇ ਤੁਹਾਨੂੰ 31 10 ਤੱਕ ਤੁਸੀਂ ਫੀਸ ਪੇ ਕਰ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਇਹ ਕਿ ਤੁਹਾਨੂੰ ਤੁਸੀਂ ਕਿਸੇ ਵੀ ਦਿਨ ਜਦੋਂ ਮਨ ਕੀ ਫੀਸ ਪੇ ਕਰ ਲੈਂਦੇ ਹੋ ਤਿੰਨ ਚਾਰ ਦਿਨ ਲੱਗ ਜਾਂਦੇ ਵੈਸੇ ਫਾਈਨਲ ਪ੍ਰਿੰਟ ਰੈਡੀ ਹੋਣ ਤੇ ਤੇ ਉਹ ਤਿੰਨ ਚਾਰ ਦਿਨ ਬਾਅਦ ਫਾਈਨਲ ਮੀਟ ਲੈ ਲੈਣਾ ਜਿੰਨਾ ਟਾਈਮ ਤੱਕ ਤੁਹਾਨੂੰ ਫਾਈਨਲ ਪ੍ਰਿੰਟ ਨਹੀਂ ਮਿਲਦਾ ਉਹਨਾਂ ਟਾਈਮ ਤੱਕ ਤੁਹਾਡੀ ਫੀਸ ਵਗੈਰਾ ਡਾਲਣੀ ਹੁੰਦੀ ਹੈ ਇਸ ਕਰਕੇ ਸਾਰੇ ਤਿਆਰ ਰੱਖਣਾ ਜੀ ਤੇ ਬਾਕੀ ਹੁਣ ਫੀਸ ਦੇ ਵਿੱਚ ਵਾਧਾ ਅਪਲਾਈ ਕਰਨ ਦੀ ਡੇਟ ਵਿੱਚ ਵਾਧਾ ਹੋ ਗਿਆ ਜੀ ਫੀਸ ਅਪਲਾਈ ਕਰਨ ਦੀ ਡੇਟ ਦੇ ਵਿੱਚ ਵਾਧਾ ਹੋ ਗਿਆ ਜੀ ਤੇ ਤੁਸੀਂ ਹੁਣ ਆਰਾਮ ਨਾਲ ਆਪਣੇ ਫਾਰਮ ਫਿਲ ਕਰ ਸਕਦੇ ਹੋ ਜੀ ਕਿਉਂਕਿ ਹੁਣ ਜਿਹੜੀ ਦਿੱਕਤ ਆਦੀ ਆਉਂਦੀ ਪਈ ਸੀ ਸਾਈਟ ਦੇ ਅੰਦਰ ਉਹ ਵੀ ਸਹੀ ਹੋ ਚੁੱਕੀ ਹੈ ਜੀ ਤੇ ਤੁਸੀਂ ਆਰਾਮ ਨਾਲ ਆਪਣਾ ਫਾਰਮ ਫਿਲ ਕਰ ਸਕਦੇ ਹੋ ਜੀ ਤੇ ਆ ਗਈ ਸੀ ਇੰਪੋਰਟੈਂਟ ਨਿਊਜ਼ ਜੀ ਤੇ ਜਿਹੜੇ ਵੀ ਕੈਂਡੀਡੇਟਸ ਲੈ ਗਏ ਸੀ ਅਪਲਾਈ ਕਰਨ ਵਾਲੇ ਫਾਰਮ ਅਪਲਾਈ ਕਰ ਸਕਦੀ ਹੈ ਜੀ ਹੁਣ